ਦੇ ਪਦਵੰਦ ਵੇਖੇ ਤੁਸੀਂ? ਬਿਲਕੁਲ, ਬਸ ਝੋਨੇ ਦੇ ਪਦਵੰਦਾਂ ਕੋਲ ਐਰਕਾਂ, ਗੰਨੇ ਦੇ ਵੀ ਪਦਵੰਦ, ਸ਼ੂਗਰ ਮਿੱਲਾਂ ਦੇ ਪਦਵੰਦ ਵੀ ਤੁਸੀਂ ਦੇਖੋਗੇ ਕਿ ਕਿੱਦਾਂ ਟਾਈਮ ਨਾਲ ਪੇਮੈਂਟ ਹੁੰਦੀ ਆ, ਕਿੱਦਾਂ ਟਾਈਮ ਨਾਲ ਲੋਕਾਂ ਨੂੰ ਪੈਸੀਆਂ ਮਿਲਦੀਆਂ। ਇੱਕ ਤਾਂ ਅਧਿਕਾਰੀਆਂ ਨੂੰ ਕਿਹਾ, ਜੀ ਐਮ ਸਾਹਿਬ ਨੂੰ ਕਿਹਾ ਕਿ ਇੱਥੇ ਜਿਹੜੀ ਪੋਲੀਟੀਕਲ ਦਖਲਦਾਜ਼ੀ ਆ ਉਹ ਇੱਥੇ ਬੰਦ ਰੱਖਣੀ। ਜਿਹੜੇ ਬੰਦੇ ਗੰਨਾ ਪੈਦਾ ਕਰਦੇ, ਜਿਹੜੇ ਬੰਦੇ, ਜਿਹੜੇ ਕਿਸਾਨ ਗੰਨੇ ਦੇ ਮਤਲਬ ਅਸਲੀ ਜਿਹੜੇ ਮਾਲਕ ਨੇ, ਉਹੀ ਮਿਲ ਦੇ ਵਿੱਚ ਦਖਲਦਾਜ਼ੀ ਕਰਨ। ਦੂਜੇ ਜਿਹੜੇ ਕੜੰਮ ਚਾਹੁੰਦੀ ਆ ਉਹ ਆ ਕੇ ਉਹਨਾਂ ਦਾ ਮਿਲਣਾ ਕੋਈ ਮਤਲਬ ਨਹੀਂ, ਕਿਉਂਕਿ ਮਤਲਬ ਉਹਨਾਂ ਦਾ ਜਿਹੜਾ ਗੰਨਾ ਮਿਲ। ਸੋਚਦੇ ਆ ਕਿ ਪੂਰਾ ਪਾਰਦਰਸ਼ੀ ਦੇ ਨਾਲ ਸਿਸਟਮ ਜਿਹੜਾ ਸਾਰਾ ਚੱਲੂਗਾ। ਕੋਈ ਇਹ ਨਹੀਂ ਹੈ ਕਿ ਜੀ ਧਾਰੀਵਾਲ ਦੀ ਕਾਲ ਆਊਗੀ ਤੇ ਪਰਚੀ ਮਿਲਣੀ ਹੈ, ਜੀ ਇਸ ਕੋ ਜਾਓ, ਜੀ ਉਸ ਕੋ ਜਾਓ, ਜੀ ਇਹ ਸਭ ਕੰਮ ਬੰਦ ਕਰਨਾ ਸਾਰੇ ਪੰਜਾਬ ਦੀ ਕਹਿ ਲਓ। ਹੁਣ ਮੈਂ ਬਟਾਲੇ ਚੱਲਿਆ, ਗੁਰਦਾਸਪੁਰ ਜਾਣਾ ਸ਼ਾਮ, ਸਾਰੀਆਂ ਮੰਡੀਆਂ ਸਾਰੀਆਂ ਮਿੱਲਾਂ 'ਚ ਇਹੀ ਕਿਹਾ ਕਿ ਸਰ ਮਤਲਬ ਉਹ ਜਿਹੜਾ ਪਹਿਲਾ ਕੰਮ ਸੀ ਸਭ ਕੰਮ ਬੰਦ। ਸੋ ਬਹੁਤ ਵਧੀਆ ਹੋਊਗਾ, ਸਾਡੀ ਕੋਸ਼ਿਸ਼ ਆ ਕਿ ਰਾਈਟ ਟਾਈਮ 'ਤੇ ਕਿਸਾਨਾਂ ਨੂੰ ਪੇਮੈਂਟ ਕੀਤੀ ਜਾਵੇ। ਪਿਛਲਾ ਕੋਈ ਬਕਾਇਆ ਨਹੀਂ, ਸਭ ਬਕਾਏ ਕਲੀਅਰ ਹੋ ਗਏ। ਅਤੇ ਜਿਹੜਾ ਹੁਣ ਨਵਾਂ ਆਉਣਾ ਗੰਨਾ ਉਹਦੀ ਸਾਡੀ ਹੋਊਗੀ ਕਿ ਮਹੀਨੇ ਦੇ ਵਿੱਚ ਵਿੱਚ, ਕਿਉਂਕਿ 22 ਲਾਹ ਤਾਂ ਇਹ ਹੈ ਕਿ 14 ਦਿਨਾਂ ਦੇ ਵਿੱਚ ਵਿੱਚ ਪੇਮੈਂਟ ਹੋਣੀ ਚਾਹੀਦੀ ਕਾਨੂੰਨ ਦੇ ਕੇਂਦਰ। ਪਰ ਜੇ ਪਹਿਲੀ ਗੱਲ ਤਾਂ ਕੋਸ਼ਿਸ਼ ਇਹ ਹੋਊਗੀ ਕਿ 14 ਦਿਨ 'ਚ ਹੋ ਜਾਵੇ, ਜੇ ਨਾ ਹੋਈ ਤਾਂ ਮਹੀਨੇ ਦੇ ਵਿੱਚ ਤਾਂ ਕਿਤੇ ਨਹੀਂ ਗਿਆ। ਉਹ ਜੀ ਐਮ ਸਾਹਿਬ ਨੂੰ ਕਹਿ ਦਿੱਤਾ ਕਿ ਹੁਣੇ ਇਸ ਸਾਹਿਬ ਦੇ ਪ੍ਰਬੰਧ ਕਰ ਦਿਓ, ਆਪਾਂ ਮਹੀਨੇ ਬਾਅਦ ਜਿਹੜਾ ਕਿਸਾਨ ਸੁੱਟ ਕੇ ਜਾਂਦਾ ਉਹਦੀ ਪੇਮੈਂਟ ਜਿਹੜੀ ਭਰ ਦਿਓ। ਹੋਰ ਨਾ ਕਿਹੜੀ ਕਿਹੜੀ ਮਿੱਲਾਂ 'ਚ ਅਧਿਕਾਰ ਕੰਮ ਜਾ ਰਹੇ? ਨਹੀਂ ਮੈਂ ਹੁਣ ਬਟਾਲੇ ਗੁਰਦਾਸਪੁਰ, ਅੱਜ ਸਾਡੀਆਂ ਕਰੀਬ ਮੇਰਾ ਖਿਆਲ 11 ਮਿੱਲਾਂ ਜਿਹੜੀਆਂ ਚੱਲ, ਅਤੇ 6 ਕੋਪਰੇਟਿਵ ਨੇ, ਬਾਕੀ ਪ੍ਰਾਈਵੇਟ ਹੈ। ਸੋ ਮੇਰੀ ਡਿਊਟੀ ਸੀ ਮੈਂ ਇੱਥੇ ਅਤੇ ਬਟਾਲੇ ਵਾਲੀ ਅਤੇ ਗੁਰਦਾਸਪੁਰ ਦਾ ਉਹ ਮਿਲਦੇ ਹੁਣ ਚੱਲਿਆ। ਤੁਸੀਂ ਸਰਕਾਰ ਵੱਲੋਂ ਸਾਰੀ ਅਦਾਇਗੀ ਕਰ ਦਿੱਤੀ ਗਈ ਹੈ, ਪਰ ਕੁਝ ਪ੍ਰਾਈਵੇਟ ਮਿੱਲਾਂ ਦਾ ਜਿਹੜੇ ਕਿਸਾਨਾਂ ਦਾ ਬਕਾਇਆ ਉਹਨਾਂ ਵਾਸਤੇ ਨਾ, ਸਿਰਫ ਫਗਵਾੜੇ ਦੀ ਫਗਵਾੜਾ ਕਿਉਂਕਿ ਮਿੱਲ ਬੰਦ ਕਰਕੇ ਬੰਦੇ ਇਕੱਲੀ ਇੱਕ ਮਿੱਲਾਂ ਜਿਹੜਾ ਰੋਪੜ ਚੱਲ ਰਿਹਾ ਉਹ ਰੋਪੜ ਵੀ ਦੂਰ ਹੋ ਜੂਗਾ ਜੀ, ਅੱਧੀ ਪ੍ਰੋਪਰਟੀ ਉਹਨਾਂ ਦੀ ਵੇਚ ਕੇ। ਅਜੇ ਹੁਣੇ ਹੀ ਜਿੱਦਾਂ ਪਹਿਲਾਂ 23 ਕਰੋੜ ਰੁਪਈਆ ਦਿੱਤਾ, 40-45 ਕਰੋੜ ਰੁਪਈਆ ਸਿੱਧਾ ਬਕਾਇਆ, ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਵੀ ਉਹਨਾਂ ਦੀ ਕੋਈ ਨਾ ਕੋਈ ਜ਼ਮੀਨ ਜਾਇਦਾਦ ਵੇਚ ਕੇ ਪ੍ਰਾਈਵੇਟ ਬੰਦਿਆਂ ਨੂੰ, ਉਹ ਕਿਸਾਨਾਂ ਨੂੰ ਪੂਰੇ। ਦੇਖਣ ਵਿੱਚ ਆਇਆ ਕਿ ਜੇ ਨਾਲਾ ਮੇਰ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹਾਲਤ ਖਰਾਬ ਸੀ, ਜੇ ਜਾੜ ਦੀ ਗੱਲ ਕੀਤੀ ਜਾਵੇ ਤਾਂ ਟਰਾਲੀਆਂ ਕਾਢਣੀਆਂ ਮੁਸ਼ਕਿਲ ਨੇ, ਕਿਸਾਨਾਂ ਦੀ ਜ਼ਿਮੀਦਾਰਾਂ ਦੀ ਮੰਗ ਹੈ ਕਿ ਜਾੜ ਪੱਕਾ ਕੀਤਾ ਜਾਵੇ, ਹੋਰ ਵੀ ਉਹਨਾਂ ਦੀ ਮੁਸ਼ਕਿਲ ਹੱਲ ਕੀਤੀ ਜਾਵੇ। ਅਸੀਂ ਵੱਲੋਂ ਜਾੜ ਜਿਹੜਾ 1,47,00,000 ਰੁਪਇਆ ਜਿਹੜਾ ਆ ਗਿਆ, ਨਹੀਂ 1,48,00,000 ਰੁਪਇਆ ਆ ਗਿਆ ਜੀ, ਇੱਦਾਂ ਕੋ ਇਹ ਹੁਣ ਆਪਣਾ ਜਾੜ ਬੰਨਣਾ ਸ਼ੁਰੂ ਹੋ ਜੂਗਾ। ਇੱਦਾਂ ਦੇ ਮੈਂ ਜਦੋਂ ਪਹਿਲਾਂ ਆਇਆ ਸੀ ਬਿੱਲ 3 ਮਹੀਨੇ ਪਹਿਲਾਂ ਮੇਰੇ ਤੋਂ ਮੰਗ ਕੀਤੀ ਤਾਂ ਮੈਂ ਪੈਸੇ ਇਹਨਾਂ ਨੂੰ ਲਿਆ ਦਿੱਤੇ। ਇਹ ਵੰਨ ਜਾੜ ਬਣੂਗਾ ਪੂਰੇ ਪੰਜਾਬ 'ਚੋਂ ਸਭ ਤੋਂ ਵਧੀਆ, ਹੋਰ ਵੀ ਜਿਹੜੀ ਕੋਈ ਕਿਸਾਨਾਂ ਦੀ ਇੱਥੇ ਪ੍ਰੋਬਲਮ ਹੋਊਗੀ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ।